ਪੰਜਾਬ ਦੇ ਵਿੱਚ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਪੇਂਡੂ ਇਲਾਕਿਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇ ਗੱਲ ਕੀਤੀ ਜਾਵੇ ਪਹਿਲਾਂ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ, ਲੇਕਿਨ ਹੁਣ ਤਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹਨਾਂ ਵੱਲੋਂ ਹੁਣ ਪੂਰੇ ਪਿੰਡ ਦੀ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਅਜਿਹਾ ਇੱਕ ਮਾਮਲਾ ਹੈ ਜਿਹੜਾ ਪਠਾਨਕੋਟ ਦੇ ਪਿੰਡ ਮਾਧੋਪੁਰ ਤੋਂ ਸਾਹਮਣੇ ਆਇਆ, ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਬਿਜਲੀ ਸਪਲਾਈ ਵਾਲਾ ਟ੍ਰਾਂਸਫਾਰਮਰ ਚੋਰੀ ਕਰ ਲਿਆ ਗਿਆ। ਪਹਿਲਾਂ ਪੂਰੇ ਪਿੰਡ ਦੀ ਬੱਤੀ ਕੱਟੀ ਗਈ, ਉਸ ਤੋਂ ਬਾਅਦ ਟ੍ਰਾਂਸਫਾਰਮਰ ਨੂੰ ਖੋਲ੍ਹਿਆ ਗਿਆ। ਟ੍ਰਾਂਸਫਾਰਮਰ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਕੀਤਾ ਗਿਆ ਅਤੇ ਚੋਰ ਮੌਕੇ ਉੱਤੋਂ ਫਰਾਰ ਹੋ ਗਏ। ਠੰਡ ਦਾ ਮੌਸਮ ਹੋਣ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਪੱਖੇ ਅਤੇ ਕੂਲਰਾਂ ਦਾ ਇਸਤੇਮਾਲ ਨਹੀਂ ਕਰਦੇ, ਜਿਸ ਕਰਕੇ ਲਾਈਟ ਜਾਣ ਦਾ ਵੀ ਜਲਦੀ ਪਤਾ ਨਹੀਂ ਲੱਗਦਾ। ਇਨਵਰਟਰਾਂ ਕਾਰਨ ਬੱਤੀਆਂ ਨੇ ਜਿਹੜੀਆਂ ਉਹ ਹਮੇਸ਼ਾ ਜਗਦੀਆਂ ਰਹਿੰਦੀਆਂ ਨੇ, ਲੇਕਿਨ ਰਾਤ ਵੇਲੇ ਚੋਰਾਂ ਵੱਲੋਂ ਵੱਡਾ ਕਾਰਾ ਕਰ ਦਿੱਤਾ ਜਾਂਦਾ ਹੈ। ਤਾਂ ਸਵੇਰੇ ਜਦੋਂ ਪਿੰਡ ਵਾਲੇ ਦੇਖਦੇ ਨੇ ਕਿ ਲਾਈਟ ਨਹੀਂ ਆ ਰਹੀ ਅਤੇ ਪਿੰਡ ਦਾ ਟ੍ਰਾਂਸਫਾਰਮਰ ਖੁੱਲ੍ਹਿਆ ਪਿਆ ਹੈ, ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਨਾਲ ਹੀ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਰਾਤ ਵੇਲੇ ਪਿੰਡਾਂ ਦੇ ਵਿੱਚ PCR ਦੀ ਗਸ਼ਤ ਕਰਵਾਈ ਜਾਵੇ, ਤਾਂ ਜੋ ਮਾੜੇ ਅੰਸਰਾਂ ਉੱਤੇ ਪੁਲਿਸ ਵੱਲੋਂ ਨਕੇਲ ਕਸੀ ਜਾ ਸਕੇ। ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪਿੰਡ ਵਿੱਚ ਨਵਾਂ ਟ੍ਰਾਂਸਫਾਰਮਰ ਰੱਖਿਆ ਜਾਵੇ, ਤਾਂ ਜੋ ਉਹ ਬਿਜਲੀ ਅਤੇ ਪਾਣੀ ਦੀ ਦਿੱਕਤ ਦਾ ਸਾਹਮਣਾ ਨਾ ਕਰਨ। ਇਹ ਜੀ ਸਾਡੇ ਬਾਬੇ ਦੀ ਲਾਈਟ, ਸਾਡੇ ਘਰਾਂ ਦੀ ਲਾਈਟ 'ਚ 5-7 ਘਰ ਅਸੀਂ, ਅਤੇ ਰਾਤ ਦਾ ਕੋਈ ਚੋਰੀ ਹੋ ਗਿਆ ਤਾਂ ਫਿਰ ਟ੍ਰਾਂਸਫਾਰਮ ਦਾ ਰਿਹਾ ਤਾਂ ਕੱਖ ਨਹੀਂ ਸਰ, ਖੋਖਾ ਜਿਹਾ ਪਿਆ ਤਾ ਇੱਥੇ, ਅਤੇ ਲਾਈਟ ਸਾਰੀ ਬੰਦ ਹੋ ਗਈ ਜੀ। ਅਤੇ ਕੋਈ ਰਾਹ ਦੀ ਚੋਰੀ ਕਰਕੇ ਪਤਾ ਨਹੀਂ ਕੌਣ ਕਰ ਗਿਆ ਅਤੇ ਕੌਣ ਨਹੀਂ ਕਰ ਗਿਆ। ਸਵੇਰੇ ਸੈਰ ਵਾਸਤੇ ਬੰਦੇ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਹੈਗਾ ਜੇ ਟ੍ਰਾਂਸਫਾਰਮ ਸਰ ਖਾਲੀ ਖੋਖਾ ਰਿਹਾ ਤਾਂ ਬਾਕੀ ਸਾਰੀ ਲਾਈਟ ਖਤਮ ਹੋ ਗਈ ਜੀ। ਪਹਿਲੇ ਵੀ ਹੁੰਦੀ ਹੈ ਬਾਬੇ ਦੇ, ਕਈ ਵਾਰੀ 1-2 ਵਾਰੀ ਚੋਰੀਆਂ ਹੋਈਆਂ, ਅੱਗੇ ਵੀ ਪਤਾ ਵੀ ਕੋਈ ਨਹੀਂ ਚੱਲਦਾ। ਖੋਲ੍ਹ ਕੇ ਲੈ ਗਏ ਸੀ, ਹੋਰ ਵੀ ਤਾਰਾਂ ਤੂਰਾਂ ਬਾਬੇ ਦੇ ਵੀ ਜੋ ਹੁੰਦੀ ਹੈ, ਅਤੇ ਇਹ ਟ੍ਰਾਂਸਫਾਰਮ ਦਾ ਅੱਜ ਸਾਰਾ ਹੀ ਜਿਹੜਾ ਇੱਥੇ ਖਾਲੀ ਪਿਆ ਦਾ, ਸਾਰੇ ਆਪਣੇ ਕੋਠਿਆਂ ਤੋਂ ਵੀ ਲਾਈਟ ਚੱਲ ਗਈ, ਸਾਡੇ 5 ਵੜੀ ਪੀਰ ਬਾਬੇ ਦੇ ਲਾਈਟ ਸਾਰੀ ਚੱਲ ਗਈ, ਪਾਣੀ ਸਾਰਾ ਬੰਦ ਹੋ ਗਿਆ, ਮੋਟਰਾਂ ਸਾਰੀਆਂ ਬੰਦ ਹੋ ਗਈਆਂ, ਅਤੇ ਸਾਰੀ ਲਾਈਟ ਬੰਦ ਹੋ ਗਈ ਹੈਗੀ ਸਾਡੀ। ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਇਹ ਕਹਿੰਦੇ ਹਾਂ ਜਲਦੀ ਜਲਦੀ ਸਾਡੀ ਜਿਹੜਾ ਟ੍ਰਾਂਸਫਾਰਮਰ ਠੀਕ ਹੋਣਾ ਚਾਹੀਦਾ, ਠੀਕ ਕੀਤਾ ਜਾਵੇ ਤਾਂ ਪਾਣੀ ਦੀ ਸਮੱਸਿਆ ਤਾਂ ਆ ਜਿਹੜੀ ਇਹ ਪੂਰੀ ਹੋ ਜਾਵੇ। ਲਾਈਟ ਦੀ ਹਨੇਰੇ 'ਚ ਬੈਠੇ ਦੇ ਹਾਂ, ਬਿਲਕੁਲ ਪਤਾ ਕੋਈ ਨਹੀਂ ਜੀ ਕੀ ਹੋਇਆ ਕੀ ਨਹੀਂ। ਇਹ ਜੀ ਰਾਤ ਦਾ ਹੀ ਪ੍ਰੋਗਰਾਮ ਇਹੋ ਜਿਹਾ ਹੋਈ ਜਿਹਦਾ ਵੀ ਸੈਰ ਕਰਨ 'ਤੇ ਪੈਸੇ ਆਉਂਦੇ ਜਾਂਦੇ ਨੇ, 4 ਵਜੇ ਨਾਲ ਮਤਲਬ ਇੱਥੇ ਫਿਰਿਆ ਤੁਰਾਂ ਦੇ ਬੰਦੇ, ਜਿਹੜੇ ਅਸੀਂ ਪਿੰਡ ਦੇ ਵਿੱਚੋਂ ਬਾਹਰ ਨਿਕਲੇ, ਅਸੀਂ ਵੀ ਦੇਖਿਆ ਇੱਥੇ ਖੋਖਾ ਜਿਹਾ ਪਿਆ, ਟ੍ਰਾਂਸਫਾਰਮ ਸਾਰੇ ਨਟ ਬੋਲਟ ਜੋ ਵੀ ਆ ਖੋਲ੍ਹੇ ਹੋਏ ਆ, ਇਹ ਖਾਲੀ ਖੋਖਾ ਪਿਆ, ਅਤੇ ਸਾਰੇ ਪਿੰਡ ਦੀ ਜਿਹੜੀ ਬੱਤੀ ਹੈ ਉਹ ਵੀ ਬੰਦ ਹੈ। ਨੁਕਸਾਨ ਦਾ ਪਤਾ ਕੋਈ ਨਹੀਂ, ਇੱਥੇ ਹਨੇਰੇ ਦਾ ਕੁਛ ਨਹੀਂ ਹੈ, ਇਹ ਤਾਂ ਟ੍ਰਾਂਸਫਾਰਮ ਦਾ ਖੋਖਾ ਹੀ ਹੈ, ਪਤਾ ਨਹੀਂ ਕਿਸ ਤਰ੍ਹਾਂ ਕੀਤਾ ਅਤੇ ਕਿਸ ਤਰ੍ਹਾਂ ਨਹੀਂ ਕੀਤਾ। ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਰਾਤ ਇਹ ਟ੍ਰਾਂਸਫਾਰਮ ਜਿਹੜਾ ਇਹਨੂੰ ਥੱਲੇ ਵੱਢ ਕੇ ਸੁੱਟਿਆ ਗਿਆ, ਇਹਦੇ ਵਿੱਚੋਂ ਜੋ ਕਾਪਰ ਤੇਲ ਜੋ ਕੁਛ ਵੀ ਸੀਗਾ ਸਾਰਾ ਇਹਦੇ ਵਿੱਚੋਂ ਕੱਢ ਕੇ ਨਾ ਚੋਰ ਲੈ ਕੇ ਆ ਗਿਆ। ਮੇਰੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ PCR ਜੋ ਕਿ ਹਾਈਵੇ 'ਤੇ ਲਾਈ ਗਈ ਆ, ਉਹ PCR ਵੀ ਜਿਹੜੀ ਹੈਗਾ ਨਾ ਉਹ ਇਸ ਕਿਹੜੀ ਸਾਈਡ ਨੂੰ ਜਿਹੜੀ ਹੈਗਾ ਨਾ ਉਹਦਾ ਜਿਹੜਾ ਹੈਗਾ ਨਾ ਰੂਟ ਬਣਾਇਆ ਜਾਵੇ, ਦੌਰਾ ਕੀਤਾ ਜਾਵੇ, ਤਾਂ ਕਿ ਇਹਨਾਂ ਪਿੰਡ ਜੋ ਪਿੰਡ 'ਚ ਗਏ ਨਾ ਇਹ ਸੇਫ ਹੋ ਸਕਣ। ਕਿਉਂਕਿ ਕਈ ਵਾਰ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੜੀ ਹੈਗਾ ਨਾ ਲਿਖ ਕੇ ਦਿੱਤਾ ਗਿਆ, ਵਾਰ ਵਾਰ ਕਿਹਾ ਵੀ ਗਿਆ ਹੈਗਾ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਹੈਗਾ ਨਾ ਚੋਰੀਆਂ ਦਾ ਬਹੁਤ ਜ਼ਿਆਦਾ ਜਿਹੜਾ ਜ਼ੋਰ ਹੈ। ਤਾਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਾਂਗਾ, ਅਪੀਲ ਕਰਾਂਗਾ
ਕਿ ਇਸ ਇਲਾਕੇ ਦੇ ਵਿੱਚ ਜਿਹੜੀ ਨਾ ਪੁਲਿਸ ਦੀ ਗਸ਼ਤ ਜਿਹੜੀ ਆ ਉਹ ਛੇਤੀ ਤੋਂ ਛੇਤੀ ਜਿਹੜੀ ਨਾ ਉਹ ਵਧਾਈ ਜਾਵੇ ਤਾਂ ਜੋ ਇਹ ਇਲਾਕਾ ਜਿਹੜਾ ਹੈਗਾ ਸੇਫ ਰਹਿ ਸਕੇ। ਮੇਰੀ ਖਾਸ ਕਰਕੇ ਬਿਜਲੀ ਬੋਰਡ ਨੂੰ ਵੀ ਅਪੀਲ ਹੈ ਕਿ ਇਹ ਜੋ ਕੁਝ ਹੋਇਆ ਇਹ ਆਪਣੀ ਕਾਰਵਾਈ ਪੂਰੀ ਕਰਦੇ ਹੋਇਆਂ ਇਹਨੂੰ ਛੇਤੀ ਤੋਂ ਛੇਤੀ ਕੰਪਲੀਟ ਕੀਤਾ ਜਾਵੇ ਤਾਂ ਕਿ ਜੋ ਲੋਕ ਇਸ ਪਾਣੀ ਜਿਹੜਾ ਪਾਣੀ ਤੋਂ ਤੰਗ ਨੇ ਦੋ ਦਿਨ ਹੋ ਗਿਆ ਉਹ ਇਹਨੂੰ ਪੂਰੀ ਜਿਹੜੀ ਹੈਗੀ ਨਾ ਪਾਣੀ ਦੀ ਪੂਰਤੀ ਜਿਹੜੀ ਹੈਗੀ ਨਾ ਉਹ ਪੂਰੀ ਸੇਫ ਕੀਤੀ ਜਾਵੇ। ਮੈਂ ਫਿਰ ਅਪੀਲ ਕਰਾਂਗਾ ਕਿ ਇਹਨਾਂ ਨੂੰ ਚੋਰਾਂ ਨੂੰ ਅਤੇ ਖਾਸ ਕਰਕੇ ਜਿਹੜੇ PCR ਵਾਲੇ ਹੈਗੇ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਜਿਹੜੀ ਹੈਗੀ ਨਾ ਗਸ਼ਤ ਜਿਹੜੀ ਨਾ ਵਧਾਈ ਜਾਵੇ ਤਾਂ ਕਿ ਇਹ ਲੋਕ ਜਿਹੜੇ ਨਾ ਸੇਫ ਰਹਿ ਸਕਣ ਅਤੇ ਨਾ ਇਹ ਅੱਗੇ ਤੋਂ ਅੱਗੇ ਇਹੋ ਜਿਹਾ ਕੋਈ ਕਾਰਵਾਈ ਨਾ ਹੋਵੇ। ਧੰਨਵਾਦ ਜੀ।